ਹਾਂਜੀ ਸਟੂਡੈਂਟਸ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਮਐਸਡਬਲਯੂ ਸਟੱਡੀ ਦੇ ਵਿੱਚ ਜਿਹੜੀ ਖਬਰ ਤੁਹਾਡੇ ਸਾਹਮਣੇ ਸਕਰੀਨ ਤੇ ਸ਼ੋ ਹੋ ਰਹੀ ਹੈ ਇਸ ਖਬਰ ਦੇ ਵਿੱਚ ਕਾਫੀ ਚੰਗੀ ਤੇ ਮਾੜੀ ਗੱਲ ਹੈਗੀ ਹੈ ਮੈਂ ਤੁਹਾਨੂੰ ਦੱਸਦਾ ਕੀ ਹੈਗੀ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਕੱਲ 29 ਤਰੀਕ ਸੀ 29 ਤਰੀਕ ਨੂੰ ਪੀਐਸਟਟ ਜੂਨੀਅਨ ਦਾ ਇੱਕ ਪ੍ਰੋਟੈਸਟ ਸੀ ਪੀਐਸਟਟ ਵਾਸਤੇ ਚਾਹੇ ਪੇਪਰ 1 ਹੈ ਚਾਹੇ ਪੇਪਰ 2 ਆ ਚਾਹੇ ਈਟੀਟੀ ਵਾਲੇ ਆ ਉਨਾ ਵਾਸਤੇ ਕੀ ਬਣਿਆ ਕੀ ਨਹੀਂ ਅੱਗੇ ਕੀ ਹੈ ਪੀਐਸਟਾ ਨੋਟੀਫਿਕੇਸ਼ਨ ਕਦ ਆ ਰਿਹਾ ਆਊਗਾ ਜਾਂ ਨਹੀਂ ਆਊਗਾ ਮੈਂ ਸਾਰੀ ਗੱਲ ਤੁਹਾਡੇ ਨਾਲ ਕਲੀਅਰ ਕਰੂੰਗਾ ਚੈਨਲ ਤੇ ਨਵੇਂ ਹੈਗੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾ ਲਓ ਇਨ ਫਿਊਚਰ ਜਦੋਂ ਵੀ ਪੀਐਸਟਟ ਬਾਰੇ ਕੋਈ ਨਿਊਜ਼ ਆਉਂਦੀ ਹੈ ਜਾਂ ਪੀਐਸਟ ਦੀ ਤਿਆਰੀ ਬਾਰੇ ਕੋਈ ਕਿਸੇ ਤਰ੍ਹਾਂ ਦੀ ਆਪਣੀ ਵੀਡੀਓ ਜਿਹੜੀਆਂ ਫ੍ਰੀ ਚੱਲਦੀਆਂ ਹੈਗੀਆਂ ਤੁਹਾਨੂੰ ਉਹਦੀ ਇਨਫੋਰਮੇਸ਼ਨ ਮਿਲਦੀ ਉਹ ਪੰਜਾਬ ਵਿੱਚ ਕੋਈ ਹੋਰ ਸਰਕਾਰੀ ਨੌਕਰੀ ਐਜੂਕੇਸ਼ਨ ਡਿਪਾਰਟਮੈਂਟ ਚ ਆਉਂਦੀ ਹੈ ਟੀਚਰਾਂ ਦੀ ਅਸਾਮੀ ਆਉਂਦੀ ਹੈ ਤਾਂ ਕਦੋਂ ਮਾਸਟਰ ਕੇਡ ਦੀਆਂ ਪੋਸਟ ਆ ਰਹੀਆਂ ਤਾਂ ਉਹਨਾਂ ਹੁਣ ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਖੁਦ ਸ਼ਰਮਿੰਦਾ ਤੇ ਮੈਨੂੰ ਸ਼ਰਮ ਆ ਰਹੀ ਹੈ ਦੂਸਰੀ ਗੱਲ ਆ ਪੀਐਸਟੈਟ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡਾ ਉਹ ਵੀ ਸ਼ਰਮੋ ਸ਼ਾਰ ਹੋ ਗਿਆ ਉਹ ਸ਼ਰਮੋ ਸ਼ਾਰ ਹੋ ਗਿਆ ਉਹਨੂੰ ਵੀ ਬਹੁਤ ਸ਼ਰਮ ਆ ਰਹੀ ਹੈ ਯਾਰ ਕਹਿੰਦਾ ਵੀ ਮੈਨੂੰ ਕਿਉਂ ਲੈਣੀ ਨਹੀਂ ਆ ਰੇ ਕਹਿੰਦਾ ਯਾਰ ਕਹਿੰਦਾ ਮੈਨੂੰ ਕਿਉਂ ਨਹੀਂ ਲੈਣਾ ਰੇ ਸੁਣੋ ਤੁਸੀਂ ਜਦੋਂ ਹੀ ਵੱਖ-ਵੱਖ ਚੈਨਲਾਂ ਤੇ ਆਪਣੇ ਚੈਨਲ ਤੇ ਵੀ ਤਿਆਰੀ ਕਰਦੇ ਹੋ ਫ੍ਰੀ ਵੀਡੀਓ ਵਾਲੇ ਹੋਰ ਚੈਨਲਾਂ 'ਤੇ ਵੀ ਕਰਦੇ ਹਾਂ ਕਿੰਨੀ ਗਿਣਤੀ 'ਚ ਤੁਸੀਂ ਲਾਈਵ ਦੇਖਦੇ ਹੋ ਜਾਂ ਕਿੰਨੀ ਗਿਣਤੀ ਤੁਹਾਡੇ ਪਤਾ ਲੱਗਦਾ ਵੀ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਪਿਸਟਲ ਬੰਨ ਵਾਲੇ ਤੇ ਟੂ ਵਾਲੇ ਤੇ ਆ ਤੁਸੀਂ ਜਿਹੜੀ ਕੱਲ ਦੀ ਨਿਊਜ਼ ਲੱਗੀ ਹੈ ਉਹ ਤੇ ਲਿਖਿਆ ਪਿਆ ਕਹਿੰਦੇ ਵੀ ਈਟੀਟੀ ਅਤੇ ਬੀਐਡ ਪਾਸ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਆਵਾਜ਼ਾਈ ਠੱਪ ਤੋਨੂੰ ਕਿਤੇ ਲੱਗਦਾ ਵੀ ਆ 15 ਬੀਜਣੇ ਆਵਾਜ਼ਾਈ ਠੱਪ ਕਰੀ ਬੈਠੇ ਆ ਚਲੋ ਅਖਬਾਰ ਵਾਲੇ ਨੇ ਇੱਕ ਨਿਊਜ਼ ਲਿਖੀ ਉਹਨੇ ਵਧੀਆ ਕੀਤਾ ਮੋਟੀਵੇਟਿਡ ਚੀਜ਼ ਉਹਨੇ ਲਿਖੀ ਅਖਬਾਰ ਵਾਲੇ ਨੇ ਤਾਂ ਉਹਦਾ ਬਹੁਤ ਬਹੁਤ ਧੰਨਵਾਦ ਹੈਗਾ ਪਰ ਤੁਸੀਂ ਇੱਕ ਹੋਰ ਅਖਬਾਰ ਚ ਵੀ ਨਿਊਜ਼ ਲੱਗੀ ਹੈ ਕਿ ਸੀਐਮ ਆਵਾਜ਼ ਕੀ ਔਰ ਵੱਧਨੇ ਪਰ ਸਦਸੋਂ ਕੋ ਰੋਕਾ ਦਰਨਾ ਦੇਣੇ ਪਰ ਬੈਠ ਕੇ ਕਰਵਾਉਣੇ ਦਾ ਮਿਲਿਆ ਆਸ਼ਵਾਸ਼ਣ ਕਦੋਂ ਬੈਠ ਕੇ ਮਿਲੀ ਉਹ ਵੀ ਸੁਣ ਦੱਸ ਦਿਓ ਚਲੋ ਹੁਣ ਇੱਥੇ ਤੁਸੀਂ ਆ ਦੇਖ ਲਓ ਧਿਆਨ ਨਾਲ ਗਿਣ ਲਓ ਸਟੂਡੈਂਟ ਤੁਸੀਂ ਗਿਣ ਲਓ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਤਰਲੇ ਕੱਢ ਕੇ ਮੈਂ ਹਰ ਗਿਆ ਵੀ ਕੈਨਲ ਵਿੱਚ ਹਰ ਗਿਆ ਯਾਰ ਇਸ ਤੋਂ ਬਾਅਦ ਆਪਾਂ ਕਹਾਂਗੇ ਨਹੀਂ ਸਟੂਡੈਂਟ ਨੂੰ ਕਿਸੇ ਨੂੰ ਵੀ ਯਾਰ ਤੁਸੀਂ ਜਾਓ ਉੱਥੇ ਧਰਨੇ ਤੇ ਮੈਂ ਸੁਣੂ ਹੀ ਵੀ ਕਹਤਾ ਸੀ ਵੀ ਆਪਣੇ ਚੈਨਲ ਦੇ ਉੱਪਰ ਜਿਹੜਾ ਕੋਰਸ ਹੈ ਸੀਡੀਪੀ ਦਾ ਵੀ ਤੁਹਾਡਾ ਆਉਣ ਜਾਣ 'ਚ ਤੁਸੀਂ ਜੇ 100 ਕਿਲੋ 200 ਕਿਲੋਮੀਟਰ ਤੋਂ ਜਾ ਰਹੇ ਹੋ ਤੁਹਾਡਾ 500 ਰੁਪਿਆ ਖਰਚ ਹੋਊ ਨਾ ਬਦੂ ਕਦਾ ਆਉਣ ਜਾਣ ਦਾ ਹੀ ਹੁੰਦਾ ਨਾ ਵੀ ਕਿਰਾਇਆ ਲੱਗੂਗਾ ਮੈਂ ਤੁਹਾਨੂੰ ਸੀਡੀਪੀ ਦਾ ਕੋਰਸ ਫ੍ਰੀ ਕਰਤਾ ਸੀ ਆਪਣਾ 500 ਵਾਲਾ ਵੀ ਭਾਈ ਉੱਥੇ ਜਾ ਕੇ ਸੰਗਰੂਰ ਜਾ ਕੇ ਧਰਨੇ ਤੇ ਇੱਕ ਆਪਣੀ ਸੈਲਫੀ ਪਾ ਦਿਓ ਸੀ ਧਰਨੇ ਤੇ ਬੈਠੇ ਆ ਵੀ ਤੁਹਾਨੂੰ ਕੋਰਸ ਫ੍ਰੀ ਮਿਲ ਜੂ ਭਾਬ ਤੁਹਾਨੂੰ ਮੈਂ ਕਿਰਾਇਆ ਦਿੱਤਾ ਸੀ ਯਾਰ ਮੈਂ ਤੁਹਾਨੂੰ ਕਹੇ ਸੀ ਵੀ ਕਿਰਾਇਆ ਮੈਂ ਇੱਥੋਂ ਲੈ ਲਿਓ ਵੀ ਤੁਸੀਂ ਉੱਥੇ ਜਾਓ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰ ਮਾਰੀ ਗੱਲ ਹੈਗੀ ਹੈ ਤੁਹਾਡੇ ਵਾਸਤੇ ਆ ਗਿਣ ਲੋ ਤੇ ਮੈਂ ਤੁਹਾਨੂੰ ਇੱਥੇ ਦਿਖਾ ਦਨਾ ਚਲੋ ਇੱਕ ਹੋਰ ਗੱਲ ਬਹੁਤ ਸਾਰੇ ਨੂੰ ਗੁੱਸਾ ਲੱਗਣਾ ਹੈ ਇਹ ਇੱਕ ਗੁੱਸੇ ਵਾਲੀ ਗੱਲ ਨਹੀਂ ਹੈਗੀ ਇਹ ਕੁਝ ਜਿਹੜੀ ਸੱਚੀ ਗੱਲ ਹੁੰਦੀ ਹੈ ਨਾ ਉਹ ਹਮੇਸ਼ਾ ਚੁੱਪਦੀ ਹੁੰਦੀ ਆ ਹੁਣ ਇੱਥੇ ਤੁਸੀਂ ਗਿਣ ਲੋ ਘੱਟੋ ਘੱਟ ਇੱਥੇ ਜਿਹਾ ਪਾ ਦੇਖੀ ਫੀਮੇਲ ਸਟੂਡੈਂਟ ਘੱਟੋ ਘੱਟ 5 ਤੋਂ 6 ਫੀਮੇਲ ਸਟੂਡੈਂਟ ਇੱਥੇ ਦਿਖਾਈ ਦੇ ਰਹੇ ਆ ਬਾਕੀ ਜਿਹੜੇ 15-20 ਸਟੂਡੈਂਟ ਹੈਗੇ ਆ ਉਹ ਮੇਲ ਸਟੂਡੈਂਟ ਹੈਗੇ ਆ ਮੇਰੇ ਚੈਨਲ ਦੇ ਉੱਪਰ ਜਾਂ ਹੋਰ ਚੈਨਲਾਂ ਉੱਪਰ ਵੀ ਸਭ ਤੋਂ ਜ਼ਿਆਦਾ ਤਿਆਰੀ ਕੌਣ ਕਰ ਰਿਹਾ ਹੈ ਮਾਸਟਰ ਨੂੰ ਮਾਸਟਰ ਦੀ ਨੌਕਰੀ ਨੂੰ ਕਹਿੰਦੇ ਵੀ ਫੀਮੇਲ ਵਾਸਤੇ ਸਭ ਤੋਂ ਵਧੀਆ ਨੌਕਰੀ ਹੁੰਦੀ ਆ ਸਭ ਤੋਂ ਜ਼ਿਆਦਾ ਤਿਆਰੀ ਫੀਮੇਲਸ ਕਰ ਰਹੀਆਂ ਨੇ ਤੇ ਫੀਮੇਲ ਇੱਥੇ ਦੇਖ ਲਓ ਕਿੰਨੇ ਹੈਗੇ ਆ ਦੁਗਣੀ ਤਿਗਣੀ ਗਿਣਤੀ ਚ ਕਹਿੰਦਾ ਮੈਂ ਵੀ 70% ਫੀਮੇਲ ਮਾਸਟਰ ਦੀ ਤਿਆਰੀ ਕਰ ਰਹੀਆਂ ਨੇ 30% ਜਿਹੜੇ ਹੈਗੇ ਆ ਉਹ ਕੀ ਕਰ ਰਹੇ ਨੇ ਉਹ ਮੇਲ ਸਟੂਡੈਂਟ ਕਰ ਰਹੇ ਹੈਗੇ ਆ ਪਰ ਫੀਮੇਲ ਦੀ ਗਿਣਤੀ ਕਿੰਨੀ ਹੈਗੀ ਆ ਸਿਰਫ 5 5 ਜਾਂ 6 ਤੇ ਇਹ ਕਿਸੇ ਨੂੰ ਗੁੱਸਾ ਲੱਗੇ ਕਿਸੇ ਨੂੰ ਗੱਲ ਚੋਵੇ ਪਰ ਯਾਰ ਹੱਕ ਮੰਗਣਾ ਪੈਣਾ ਹੱਕ ਤੁਹਾਨੂੰ ਘਰੇ ਨਹੀਂ ਦਿੰਦੀਆਂ ਸਰਕਾਰਾਂ ਕਿਉਂਕਿ ਉਹ ਪੁਰਾਣੇ ਸਮੇਂ ਵੀ ਪਹਿਲਾਂ ਹੀ ਐ ਚੱਲਦਾ ਸੀ ਅਸਲ ਤਾਂ ਯਾਰ ਜਦੋਂ ਤੋਂ ਪੰਜਾਬ ਬਣਿਆ ਤਾਂ ਉਦੋਂ ਤੋਂ ਸਾਨੂੰ ਹੱਕ ਮੰਗਣਾ ਹੀ ਪੈਣਾ ਹੈ ਬਿਨਾ ਮੰਗਿਆ ਤੁਹਾਨੂੰ ਕੋਈ ਕੁਝ ਨਹੀਂ ਦਿੰਦਾ ਠੀਕ ਹੈ ਚਲੋ ਪਰ ਹਲੇ ਕਨੇ ਵੀ ਡੁੱਲੇ ਵੇਰਾ ਦਾ ਵਿਗੜਿਆ ਕੁਝ ਨਹੀਂ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਆ ਤੁਸੀਂ ਦੇਖ ਲਓ ਚਲੋ ਮੀਟਿੰਗ ਦੇਤੀ ਇਹਨਾਂ ਨੇ ਕਹਿੰਦੇ ਵੀ 28 ਫਰਵਰੀ ਦੇ ਅਸੀਂ ਨੈਕਸਟ ਮੀਟਿੰਗ ਦਿੰਦੇ ਆ 28 ਫਰਵਰੀ ਦੀ ਤੁਸੀਂ ਦਿਮਾਗ ਲਾਓ 16 15 ਤੋਂ ਕਹਿੰਦੇ April ਦੇ ਵਿੱਚ ਪੇਪਰ ਸੌਰੀ ਚੋਣਾਂ ਜਾਬ ਤੱਕਣ ਦੀ ਸੁਭਾਵਨਾ 16 15 April ਦੇ ਲਗਭਗ 1 April ਦੇ ਵਿੱਚ ਵੀ ਇਲੈਕਸ਼ਨ ਆ ਜਾਣਿਆ ਪਾਰਲੀਮੈਂਟ ਦੇ 28 ਫਰਵਰੀ ਨੂੰ ਮੀਟਿੰਗ ਦਿੱਤੀ ਤੁਹਾਨੂੰ ਕੀ ਲੱਗਦਾ ਫਿਰ ਤੁਸੀਂ ਸੋਚੋ ਵੀ ਉਹ ਸਵਾ ਮਹੀਨੇ ਦੇ ਵਿੱਚ ਪੇਪਰ ਹੋਊਗਾ ਤੁਹਾਡਾ ਇਹ ਸਰਬ ਉਲਝਾਉਣ ਵਾਲੀਆਂ ਗੱਲਾਂ ਹੈਗੀਆਂ ਇੰਨੀ ਲੰਬੀ ਮੀਟਿੰਗ ਕਿਉਂ ਦਿੱਤੀ ਆ ਕਿ ਐਜੂਕੇਸ਼ਨ ਮਿਨਿਸਟਰ ਐਨੇ ਹੀ ਬਿਜ਼ੀ ਹੋ ਰਹੇ ਆ ਵੀ ਸਿਰਫ 10 15 20 ਮਿੰਟ ਗੱਲ ਕਰਕੇ ਇਹ ਨਹੀਂ ਦੱਸ ਸਕਦੇ ਵੀ ਤੁਸੀਂ ਨੋਟੀਫਿਕੇਸ਼ਨ ਕੱਢਣਾ ਜਾਂ ਨਹੀਂ ਕੱਢਣਾ ਮੈਂ ਸੁਣੋ ਇੱਥੇ ਤਾਂ ਗਰੇ ਵੀ ਹਲੇ ਡੁੱਲੇ ਵੇਰਾ ਦਾ ਕੁਝ ਨਹੀਂ ਵਗ ਰਿਹਾ ਐਡੀ ਲੰਬੀ ਮੀਟਿੰਗ ਦਿੱਤੀ ਆ ਤੇ ਚਲੋ ਜੂਨੀਅਨ ਨੂੰ ਤੁਸੀਂ ਜਾ ਕੇ ਨਾ ਥੋੜਾ ਜਿਆ ਉਹਨਾਂ ਦਾ ਸਾਥ ਦਿਓ ਜੂਨੀਅਨ ਦੁਆਰਾ ਪ੍ਰੋਟੈਸਟ ਕਰ ਲਈ ਤੁਹਾਡੇ ਲਈ ਖੜੀ ਹੋਊਗੀ ਵੀ ਹਾਂ ਅਸੀਂ 28th ਦੀ ਮੀਟਿੰਗ ਨਹੀਂ ਲੈਣੀ ਅਸੀਂ ਉਸ ਤੋਂ ਪਹਿਲਾਂ ਸਾਨੂੰ ਕੋਈ ਹੱਲ ਚਾਹੀਦਾ ਇੱਕ ਮਹੀਨਾ ਸੀ ਬੇਟ ਨਹੀਂ ਕਰਾਂਗੇ ਇਹ ਚੀਜ਼ ਤੁਸੀਂ ਤਾਂਕ ਇਹ ਚੀਜ਼ ਤਾਂ ਹੋਊਗੀ ਜੇ ਜੁਨੀਆ ਦਾ ਜਾ ਕੇ ਸਾਥ ਦਿਓਗੇ ਜੁਨੀਆ ਦੇ ਗਰੁੱਪ ਚ ਜੜੋ ਜੁਨੀਆ ਦਾ ਗਰੁੱਪ ਆ ਜਿਹੜਾ ਉਹਦਾ ਵੀ ਮੈਂ ਤੁਹਾਨੂੰ ਇੱਥੇ ਲਿੰਕ ਦਿਊਂਗਾ ਉਹਦੇ ਗਰੁੱਪ ਚ ਜੜੋ ਜਾ ਕੇ ਉੱਥੇ ਵੱਧ ਤੋਂ ਵੱਧ ਜੜੋ ਉੱਥੇ 2250 ਬੰਦਾ ਜੁੜਿਆ ਹੋਇਆ ਹੈ ਗਰੁੱਪ ਚ ਤੁਸੀਂ ਜਦੋਂ ਉੱਥੇ ਹਜ਼ਾਰਾਂ ਦੀ ਗਿਣਤੀ ਜੁੜ ਗਏ ਜਾ ਕੇ ਪੀਐਸ ਟੈਟ ਦੇਣ ਵਾਲੇ ਸਾਰੇ ਹਨ ਤੇ ਬਹੁਤ ਸਾਰੇ ਤਾਂ ਇਹ ਹੁੰਦਾ ਵੀ ਸਾਡੇ ਫੋਨ ਦੇ ਵਿੱਚ ਕਦੇ ਬਾਹਲੇ ਉਹ ਮੈਸੇਜ ਆ ਜਾਣ ਬਾਧੂ ਮੈਸੇਜ ਆ ਜਾਣ ਕਿ ਸਾਡਾ ਫੋਨ ਨਾ ਭਰ ਜਾਏ ਤੇ ਉਹ ਸੁਣ ਲਓ ਵੀ ਉਹ ਵੀ ਵੈਸੇ ਸਾਡੇ ਫੋਨ 'ਚ ਬਹੁਤ ਮੈਸੇਜ ਆਉਂਦੇ ਆ ਡੇਲੀ ਆਉਂਦੇ ਨੇ ਹੋਰ ਜਿਹੜੇ ਜਿਨ੍ਹਾਂ ਦੀ ਕੋਈ ਕੰਮ ਨਹੀਂ ਹੁੰਦਾ ਸਾਨੂੰ ਉਹ ਮੈਸੇਜ ਬਹੁਤ ਆਉਂਦੇ ਆ ਤੇ ਜੇ ਉਹ ਜੁਨੀਆਨ ਦੀ ਤੁਸੀਂ ਗਰੁੱਪ 'ਚ ਐਡ ਹੋ ਗਏ ਤੁਹਾਨੂੰ ਉੱਥੋਂ ਕੁਝ ਪਤਾ ਲੱਗੂਗਾ ਵੀ ਪੀਐਸਟਰ ਕਿਵੇਂ ਹੁੰਦਾ ਜਾਂ ਕਿਵੇਂ ਕਰਵਾਉਗਾ ਹੁਣ ਬਹੁਤ ਸਾਰੇ ਇੱਥੇ ਇਸ ਤਰ੍ਹਾਂ ਵੀ ਕਮੈਂਟ ਕਰਨਗੇ ਕਮੈਂਟ ਕਰਿਓ ਸਾਰੇ ਮੈਂ ਇੱਕ ਹੋਰ ਸੁਣਦਾ ਹਾਂ ਤੁਹਾਡਾ ਕੋਈ ਵੀ ਸਵਾਲ ਹੈ ਕੋਈ ਜਵਾਬ ਹੈ ਮੈਂ ਇਕੱਲੇ ਕਮੈਂਟ ਤੇ ਵੀਡੀਓ ਬਣਾਉਂਗਾ ਇਹ ਨਹੀਂ ਹੈਗਾ ਮੈਂ ਉੱਥੇ ਤੁਹਾਨੂੰ ਰਿਪਲਾਈ ਕਰੂੰਗਾ ਠੀਕ ਹੈ ਹੁਣ ਬਹੁਤ ਸਾਰਿਆਂ ਦਾ ਇੱਥੇ ਇਹ ਮੁੱਦਾ ਹੁੰਦਾ ਯਾਰ ਇਹ ਤਾਂ ਉਹੀ ਤਰੇ ਫਿਰਦੇ ਨੇ ਇਹ ਜੁਨੀਅਰ ਨਾਲ ਤਾਂ ਉਹੀ ਤਰੇ ਫਿਰਦੇ ਇਹਨਾਂ ਦਾ ਕੋਈ ਜਾਣਦਾ ਫੈਨ ਨਹੀਂ ਜਿੱਦੇ ਪੀਐਸਟੈਟ ਹੋਣਾ ਆਪੀ ਆਊਗਾ ਸਾਨੂੰ ਇਹ ਡੀਮੋਟੀਵੇਟਲ ਕਰਨ ਵਾਲੇ ਬਹੁਤ ਨਾਲ ਦੇ ਥੋੜੇ ਬੈਠੇ ਹੋਣੇ ਡੀਮੋਟੀ ਡੀਮੋਟੀਵੇਟਡ ਕਰਨ ਉਹ ਡੀਮੋਟੀਵੇਟਰ ਕੌਣ ਕਰਨਗੇ ਜਿਨ੍ਹਾਂ ਨੂੰ ਐ ਲੱਗਦਾ ਵੀ ਯਾਰ ਜਿਨ੍ਹਾਂ ਨੇ ਪੀਐਸਟੈਟ ਪਾਸ ਕਰ ਰੱਖਿਆ ਪਹਿਲਾਂ ਪਾਸ ਕਰਖਿਆ ਉਹਨਾਂ ਨੂੰ ਇਹ ਵੀ ਜੇ ਅੱਗੇ ਹੋਰ ਵੱਧ ਗਏ ਤਾਂ ਮਾਸਟਰਗੇਟ ਦੇ ਵਿੱਚ ਕੰਪੀਟੀਸ਼ਨ ਵਧੂਗਾ ਚਾਹੇ ਮੈਂ ਖੁਦ ਐ ਮੈਂ ਖੁਦ ਪੀਐਸਟੈਟ ਪਾਸ ਕਰੀ ਬੈਠਾ ਦੋ ਵਾਰੀ ਠੀਕ ਹੈ ਤੇ ਮੈਂ ਤੁਹਾਨੂੰ ਫੇਰ ਵੀ ਕਹਿਣਾ ਵੀ ਪੀਐਸਟੈਟ ਲੈ ਕੇ ਆਓ ਮੈਂ ਸੁਣੂ ਫਿਰ ਵੀ ਕਹਿੰਨੇ ਪੀਐਸਟਟ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਦੀ ਮੰਗ ਹੈ ਯਾਰ ਹਰ ਇਸ ਸਾਲ ਚ ਇੱਕ ਵਾਰੀ ਹੁੰਦਾ ਜੇ ਦੂਸਰੇ ਗਵੰਡੀ ਸਟੇਟ ਇੱਕ ਸਾਲ ਚ ਇੱਕ ਵਾਰੀ ਪੀਐਸਟਟ ਲੈ ਰਹੇ ਨੇ ਤਾਂ ਇਹ ਕਿਉਂ ਨਹੀਂ ਲੈ ਰਹੇ ਪੰਜਾਬ ਸਰਕਾਰ ਦਾ ਵੀ ਹੱਕ ਬਣਦਾ ਨਾ ਤਾਂ ਇਸ ਲਈ ਬਹੁਤ ਜ਼ਰੂਰੀ ਆ ਆ ਤੁਸੀਂ ਦੇਖ ਲਓ ਇੱਥੋਂ ਇਸ ਕਰਕੇ ਨਾ ਪੀਐਸਟਟ ਸ਼ਰਮੋਸ਼ਾਰ ਹੋ ਗਿਆ ਨੋਟੀਫਿਕੇਸ਼ਨ ਆ ਦੇਖ ਲਓ ਜਿੰਨੇ ਬੰਦੇ ਬੈਠੇ ਨੇ ਨਾ ਤਰਨੇ ਦੇ ਵਿੱਚ ਉਦੋਂ ਦੁੱਗਣੀ ਤਿਗਣੀ ਪੁਲਿਸ ਹੈ 19 ਦੁੱਗਣੇ ਤਿਗਣੇ ਪੁਲਿਸ ਮੁਲਾਜ਼ਮ ਨੇ ਵੀ ਇੱਕ ਬੰਦੇ ਨੂੰ ਤਿੰਨ ਤਿੰਨ ਬੰਦੇ ਆ ਰਹੇ ਨੇ ਪੁਲਿਸ ਮੁਲਾਜ਼ਮ ਠੀਕ ਹੈ ਤਾਂ ਇਹ ਇੱਕ ਸ਼ਰਮ ਵਾਲੀ ਗੱਲ ਸੀ ਭਾਈ ਸੋ ਠੀਕ ਹੈ ਆ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਜਿਹੜਾ ਨੋਟੀਫਿਕੇਸ਼ਨ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਹੀ ਕਹਿ ਸਕਦੇ ਆਪਾਂ ਤੇ ਆ ਜਿਹੜੀ ਖਬਰ ਹੈਗੀ ਨਾ ਇਹਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਵੀ 28 ਫਰਵਰੀ ਦੀ ਅੱਗੇ ਮੀਟਿੰਗ ਮਿਲ ਗਈ ਠੀਕ ਹੈ 8 ਨਵੰਬਰ ਨੂੰ ਜੁਨੀਅਨ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਗਈ ਸੀ ਇਹ ਪਹਿਲਾਂ ਵਾਲੀ ਗੱਲ ਆ ਜੋ 15 ਦਿਨਾਂ ਦਾ ਸਮਾਂ ਦਿੱਤਾ ਗਿਆ ਇਹ ਪਹਿਲਾਂ ਦੀ ਗੱਲ ਆ ਠੀਕ ਹੈ ਤੇ ਮੰਨ ਲਓ ਅਸਲ ਦੇ ਵਿੱਚ ਇਹ ਮੀਟਿੰਗ 'ਚ ਕੀ ਹੋਊਗਾ ਕੀ ਹੋਊਗਾ ਇਸ ਮੀਟਿੰਗ 'ਚ ਤੁਸੀਂ ਆਪ ਦਾ ਦਿਮਾਗ ਲਾਓ ਜੇ ਤੁਸੀਂ ਨਾ ਜਾਗੇ ਤਾਂ ਇਸ ਮੀਟਿੰਗ 'ਚ ਉਹੀ ਹੋਣਾ ਜਿਹੜਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਠੀਕ ਹੈ ਤਾਂ 28 ਫਰਵਰੀ ਨੂੰ ਮੀਟਿੰਗ ਮਿਲੀ ਆ ਇੱਕ ਮਹੀਨਾ ਤੁਸੀਂ ਕਿੱਥੇ ਬੈਠ ਕੋ ਕਿੰਨੇ ਕ ਵਾਰੀ ਤੁਸੀਂ ਇੱਕ ਇੱਕ ਚੀਜ਼ ਪੜ੍ਹੀ ਜਾਓਗੇ ਵਾਰ-ਵਾਰ ਕਿੰਨਾ ਕ ਮੱਥਾ ਮਾਰੀ ਜਾਓਗੇ ਅੱਕ ਜਾਓਗੇ ਤੁਸੀਂ ਪੜ-ਪੜ ਠੀਕ ਹੈ ਤੇ ਉਸ ਅੱਖ ਅੱਕਣ ਤੋਂ ਬਾਅਦ ਤੁਸੀਂ ਛੱਡ ਜਾਓਗੇ ਵੀ ਯਾਰ ਛੱਡੋ ਹੁਣ ਤਾਂ ਪੜਦੇ ਨਹੀਂ ਤੇ ਫਿਰ ਪੀਐਸਟ ਜਦੋਂ ਨੂੰ ਆਊਗਾ ਉਦੋਂ ਨੂੰ ਪਤਾ ਨਹੀਂ ਫਿਰ ਬਾਜੀ ਕਿਹੜਾ ਮਾਰ ਜੇ ਹੈਨਾ ਤੇ ਟੋਟੀ ਉਮਰ ਟੱਪ ਜਾਣੀ ਹੈ ਤੇ 110 ਦਾ ਵੀ ਕਹਿੰਦੇ ਵੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਠੀਕ ਹੈ ਹੁਣ ਬਹੁਤ ਸ਼ਰਮ ਆਏ ਲੱਗਦਾ ਵੀ ਯਾਰ ਅਸੀਂ ਫੇਰ ਕਰ ਲਾਂਗੇ ਕੋਈ ਨਾ ਪਿਸਟ ਅਗਲੇ ਸਾਲ ਕਰ ਲਾਂਗੇ ਇਸ ਵਾਰ ਕਿਉਂ ਨਹੀਂ ਅੱਗੇ ਕੰਪੀਟੀਸ਼ਨ ਬਹੁਤ ਅੱਗੇ ਚਲਾ ਜਾਣਾ ਕੱਲ ਨੂੰ ਕਹਿੰਦੇ ਵੀ ਅੱਜ ਕਰੇ ਸੋ ਅਬ ਅਬ ਕਰੇ ਸੋ ਆਜ ਠੀਕ ਹੈ ਉਹ ਚੀਜ਼ਾਂ ਹੁੰਦੀਆਂ ਤਾਂ ਇਹ ਚੀਜ਼ਾਂ ਸਮਝੋ ਯਾਰ ਕੁਛ ਨਾ ਕੁਛ ਆ ਦੇਖੋ ਇੱਥੇ ਇਹਨਾਂ ਨੇ ਲਿਖਿਆ ਵੀ ਇਹ ਕਹਿੰਦੇ ਗਵਾਂਡੀ ਰਾਜਾਂ ਦੇ ਹਰਿਆਣਾ ਤੇ ਹਿਮਾਚਲ ਦੀ ਤਰਜ਼ ਦੇ ਹਰ ਸਾਲ ਦੇ ਅਧਿਆਪਕ ਯੋਗਤਾ ਟੈਸਟ ਦੀ ਲੈਣ ਦੀ ਮੰਗ ਹੋਣੀ ਚਾਹੀਦੀ ਹੈ ਬਿਲਕੁਲ ਉਸ ਅਧਾਰ ਤੇ ਮੰਗ ਰਹੇ ਆ ਕੋਈ ਇਹ ਨਜ਼ਾਇਜ਼ ਮੰਗ ਨਹੀਂ ਜਾਇਜ਼ ਮੰਗ ਹੈ ਵੀ ਪੀਪੀਐਸ ਟੂ ਲੋ ਤੁਸੀਂ ਇਹਨਾਂ ਫਿਚਰ ਮੈਨੂ ਲੱਗਦਾ ਕਿ ਰਾਤ ਬਹੁਤ ਸਾਰੀ ਆਪਾਂ ਸੀਡੀਪੀ ਦੀ ਕਲਾਸ ਲਾਉਂਦੇ ਹਾਂ ਰਾਤ ਇਹ ਇਸੇ ਕਰਕੇ ਮੈਂ ਕਲਾਸ ਨਹੀਂ ਲਾਈ ਮੈਨੂੰ ਉੱਥੇ ਨਾ ਦੁੱਖ ਜਾ ਹੋਇਆ ਯਾਰ ਵੀ ਠੀਕ ਹੈ ਮੈਂ ਇੰਨਾ ਜੋਰ ਲਾਇਆ ਸੀ ਮੈਂ ਇਹ ਵੀ ਕਹਿਆ ਵੀ ਫ੍ਰੀ ਕੋਰਸ ਲੋ ਮੇਰੇ ਆਪਣੇ ਵਾਲੇ ਚੈਨਲ ਦਾ ਤਾਂ ਕੋਈ ਗਿਆ ਹੀ ਨਹੀਂ ਮੈਂ ਇੰਨਾ ਥੋੜਾ ਜੋਰ ਲਾਇਆ ਸ਼ਾਇਦ ਮਤਲਬ ਕੋਈ ਵੀ ਨਹੀਂ ਗਿਆ ਡੇਲੀ ਐਨੇ ਸਟੂਡੈਂਟ ਜੁੜੇ ਹੋਏ ਆ ਠੀਕ ਹੈ ਕੋਈ ਵੀ ਨਹੀਂ ਉੱਥੇ ਪੀਐਸਟ ਦੀ ਮੰਗ ਵਾਸਤੇ ਗਿਆ ਠੀਕ ਹੈ ਤਾਂ ਹੀ ਮੈਂ ਸੋਚਿਆ ਵੀ ਆਪਾਂ ਫ੍ਰੀ ਤਾਂ ਪੜਾਈ ਜਣੇ ਚਲੋ ਤੇ ਫਿਰ ਰਾਤ ਦਿਲ ਜਾਨੀ ਗੀਤਾ ਮੈਨੂੰ ਇਹ ਲੱਗਿਆ ਸੀ ਵੀ ਅਰ ਉੱਥੇ ਵੱਡਾ ਇਕੱਠ ਹੋਊਗਾ ਚਲੋ ਕੁਛ ਨਾ ਕੁਛ ਜੁਨੀਅਨ ਦਾ ਸਾਥ ਮਿਲੂ ਕੁਛ ਨਾ ਕੁਛ ਨਿਕਲ ਕੇ ਆਊਗਾ ਤੇ ਆਪਾਂ ਵੀ ਉਸ ਦਾ ਮੋਟੀਵੇਸ਼ਨ ਨਾਲ ਪੜਾਵਾਂਗੇ ਪਰ ਰਾਤ ਮੋਟੀਵੇਸ਼ਨ ਹੀ ਡਾਊਨ ਹੋ ਗਿਆ ਠੀਕ ਹੈ ਚਲੋ ਜਿੰਨੇ ਵੀ ਸਟੂਡੈਂਟ ਗਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈਗਾ ਤੇ ਇਨ ਫਿਊਚਰ ਕਹਿੰਦੇ ਵੀ ਹਲੇ ਵੀ ਡੁੱਲੇ ਵੀਰਾਂ ਦਾ ਕੁਛ ਵਿਗੜਿਆ ਨਹੀਂ ਸਾਥ ਦਿਓ ਜੁਨੀਅਨ ਦਾ ਜੁਨੀਅਨ ਨੂੰ ਇੱਕ ਵਾਰੀ ਫਿਰ ਤੋਂ ਖੜਾ ਕਰੋ ਤੁਸੀਂ ਉਹਨਾਂ ਇੱਕ ਗਰੁੱਪ ਵਿੱਚ ਜੁੜੋ ਗਰੁੱਪ ਦਾ ਇੱਥੇ ਲਿੰਕ ਮੈਂ نیچے ਦੂੰਗਾ WhatsApp ਗਰੁੱਪ ਦਾ ਗਰੁੱਪ ਵਿੱਚ ਜੁੜੋ ਗਰੁੱਪ ਜੁੜਨ ਤੋਂ ਬਾਅਦ ਉਹਨਾਂ ਨੂੰ ਖੜੇ ਕਰੋ ਕਿ 28 ਫਰਵਰੀ ਦੀ ਮੀਟਿੰਗ ਨਹੀਂ ਅਸੀਂ ਲੈਣੀ ਅਸੀਂ ਮੀਟਿੰਗ ਤੋਂ ਪਹਿਲਾਂ ਦੁਬਾਰਾ ਇੱਕ ਪ੍ਰੋਟੈਸਟ ਕਰਨਾ ਤਕੜਾ ਜਾ ਵੀ ਸਾਨੂੰ ਤਾਂ ਆਰ ਦਾ ਪਾਰ ਦਾ ਕੰਮ ਦੱਸ ਦੋ ਵੀ ਤੁਸੀਂ ਇਸ ਵਾਰ ਪੀਸਟ ਲੈਣਾ ਵੋਟਾਂ ਤੋਂ ਪਹਿਲਾਂ ਜਾਂ ਨਹੀਂ ਲੈਣਾ ਨਹੀਂ ਫਿਰ ਅਸੀਂ ਵੋਟਾਂ ਦੇ ਵਿੱਚ ਦੱਸ ਦਾਂਗੇ ਵੀ ਭਾਈ ਤੁਸੀਂ ਲੈ ਲਿਆ ਜਾਂ ਨਹੀਂ ਲੈ ਲਿਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਤੁਹਾਨੂੰ ਲੜਾਈ ਲੜਨੀ ਪੈਣੀ ਆ ਠੀਕ ਹੈ 28 ਫਰਵਰੀ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕੀ ਹੋ ਜਾਣਾ ਠੀਕ ਹੈ ਚਲੋ ਇਹ ਰੱਬ ਜਾਣਦਾ ਭਾਈ ਹੁਣ ਤੁਸੀਂ ਅੱਗੇ ਕਿੰਨਾ ਕ ਮਾਲੂ ਵੀ ਮੋਟੀਵੇਟਡ ਹੈਗੇ ਹੋ ਜਾਂ ਨਹੀਂ ਹੈਗੇ ਤੁਸੀਂ ਪੀਐਸਟੈਟ ਦੀ ਕਿੰਨੀ ਕਿ ਡਿਮਾਂਡ ਰੱਖ ਰਹੇ ਹੋ ਜਾਂ ਨਹੀਂ ਰੱਖ ਰਹੇ ਤੇ ਲਿੰਕ ਮੇਂ ਗਰੁੱਪ ਦਾ ਜਿਹੜਾ ਜੂਨੀਅਨ ਦੇ ਗਰੁੱਪ ਦਾ ਇੱਥੇ ਦੇ ਦਾਂਗੇ ਮੈਨੂੰ ਕਿਸੇ ਜੂਨੀਅਨ ਨੇ ਕਿਹਾ ਨਹੀਂ ਵੀ ਤੂੰ ਸਾਡੇ ਗਰੁੱਪ ਦਾ ਲਿੰਕ ਦਿਓ ਮੈਂ ਆਪਣੇ ਪੱਧਰ ਤੇ ਖੁਦ ਖੁਦ ਆਪਣੇ ਪੱਧਰ ਤੇ ਕਰ ਰਿਹਾ ਵੀ ਮੈਂ ਜੂਨੀਅਨ ਦਾ ਸਾਥ ਦੇ ਰਿਹਾ ਵੀ ਤੁਸੀਂ ਵੀ ਉਹਨਾਂ ਦਾ ਸਾਥ ਦਿਓ ਸੋ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ